इस वेले एक वड्डी खबर अमृतसर तो सामने आई है। अमृतसर दे विच मशहूर मृतक गैंगस्टर राणा कंडोवालिया दे भरा नूं किडनैप करन दी कोशिश कीती गई है। दस्या जा रहा है कि जग्गू भगवानपुरिया दे करिंदिया वल्लों एक कोशिश कीती गई है। नौजवान नूं जद किडनैप किया जा रहा सी ते उसदे दोस्तां वल्लों उसनूं बचा लिया गया है, पर जग्गू भगवानपुरिया दे करिंदे फरार दस्से जा रहे ने ते पुलिस मामले दी जांच विच जुटी हुई है। हाँ जी भाई साहब, की नाम अपना, केड़ा पिंड है ते की पूरा मामला जी? भाजी मेरा नाम जसकीरत सिंह लाला वा ते राणे कंदोवालिया दा भरा वा मैं। भाजी केड़ा पिंड है जी अपना? मेरा पिंड बल खुरदिया। की पूरा मामला जी, तुहाडी वीडियो वायरल होई, कित्थों तुहानूं चुक्किया इहनां ते कित्थे तुसीं जा रहे? ये जग्गू भगवानपुरी ने गैंगस्टर भेजे मैनूं मारन लई। की कारण की है? कारण रंजिश ही है जी, मेरे ब्रदर दी ब्रदर नूं इन्हां मारता वा, हुण मेरे मगर पाया। ਬ੍ਰਦਰ ਦਾ ਕੀ ਨਾਮ ਸੀ ਤੁਹਾਡਾ? ਰਾਣਾ ਕੰਦੋਵਾਲੀਆ। ਕੀ ਲੱਗਦਾ ਕਿ ਪੁਰਾਣੀ ਰੰਜਿਸ਼ ਕਰਕੇ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ? ਨਹੀਂ ਨਹੀਂ, ਮੈਨੂੰ ਤਾਂ ਮਾਰਨ ਆ ਗਏ ਸੀ ਅਤੇ ਨਾ ਮੇਰਾ ਬ੍ਰਦਰ ਆਉਂਦਾ। ਮੈਂ ਫੋਨ ਆਪਣਾ ਕਾਲ 'ਤੇ ਲਾ ਕੇ ਰੱਖ ਛੱਡਿਆ ਆਪਣੇ ਬ੍ਰਦਰ ਨੂੰ, ਅਤੇ ਉਹਨੇ ਆ ਕੇ ਬਚਾਇਆ। ਕਿਹੜੀ ਜਗ੍ਹਾ 'ਤੇ ਤੁਹਾਨੂੰ ਚੁੱਕਿਆ ਸੀ ਉਹਨਾਂ ਨੇ? ਮੈਨੂੰ ਮਰਾਦਪੁਰੇ ਤੋਂ। ਤੁਸੀਂ ਕਦੇ ਕਿਹੜੀ ਚੀਜ਼ ਦੇ? ਮੈਂ ਐਕਟਿਵਾ 'ਤੇ ਹਾਂ ਅਤੇ ਮੈਨੂੰ ਆਵਾਜ਼ ਮਾਰੀ ਵੀ ਉਰੇ ਆ, ਅਤੇ ਮੈਂ ਲਾਗੇ ਗਿਆ ਅਤੇ ਮੇਰੇ ਲੱਕ ਨੂੰ ਪਿਸਟਲ ਲਾ ਕੇ ਮੈਨੂੰ ਆਉਂਦੇ ਵੀ ਬਹਿ ਜਾ। ਕਿਹੜੀ ਗੱਡੀ? ਅਤੇ ਇਹ ਗੱਡੀ ਕਰੇਟਾ ਸੀ। ਤੇ ਕਿੰਨੇ ਜਣੇ ਸੀ ਗੱਡੀ ਵਿੱਚ? ਗੱਡੀ 'ਚ ਦੋ ਜਣੇ। ਹਥਿਆਰ ਕਿੰਨੇ ਸੀ ਉਹਨਾਂ ਕੋਲ? ਹਥਿਆਰ ਇੱਕ। ਤੇ ਕਿਹੜੀ ਜਗ੍ਹਾ ਖੜਿਆ ਤੁਹਾਨੂੰ? ਮੈਨੂੰ ਮੀਰਾਕੋਟ ਚੌਂਕ ਦੇ ਵਿੱਚ ਖੜਿਆ। ਪਰਿਵਾਰ 'ਚ ਤੁਹਾਡੇ ਕੌਣ ਵਾਲਾ? ਪਰਿਵਾਰ 'ਚ ਮੇਰੇ ਮਾਤਾ ਬਾਪੂ ਆ ਅਤੇ ਸਿਸਟਰ। ਸਰ ਅੱਗੇ ਵੀ ਥਰੈਟ ਆਈਆਂ ਤੁਹਾਨੂੰ? ਹਾਂਜੀ ਹਾਂਜੀ। ਕਿੰਨਾ ਵੱਲੋਂ ਥਰੈਟ ਕੀਤਾ ਜਾ ਰਿਹਾ? ਜੱਗੂ ਭਗਵਾਨਪੁਰੀ ਵੱਲੋਂ, ਉਹਦੇ ਗੈਂਗਸਟਰ ਸੀ। ਲੱਗਦਾ ਕਿ ਹੁਣ ਵੀ ਤੁਹਾਨੂੰ ਜਿਹੜਾ ਕਿ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ? ਸਾਡੇ ਸਾਹਮਣੇ ਹੀ ਆ ਵੀਡੀਓ 'ਚ ਜੋ ਕੁਝ ਕਰਦੇ ਆ। ਲੱਗਦਾ ਕਿ ਜੇ ਤੁਹਾਡੀ ਕਾਲ ਨਾ ਲੱਗਦੀ ਤਾਂ ਤੁਹਾਨੂੰ ਜਾਨੋਂ ਮਾਰ ਸਕਦੇ? ਮਾਰ ਦੇਣਾ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ? ਪ੍ਰਸ਼ਾਸਨ ਤੋਂ ਇਹੋ ਮੰਗ ਆ ਵੀ ਉਹਨਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ, ਅਤੇ ਮੇਰੀ ਜਾਨ ਨੂੰ ਖਤਰਾ ਵਾ, ਮੈਨੂੰ ਕੋਈ ਮਸਲਾ ਹੱਲ ਕਰਕੇ ਦੇਣਾ। ਆਪਣਾ ਨਾਮ ਦੱਸ? ਸ਼ਮਸ਼ੇਰ ਸਿੰਘ ਸ਼ੇਰਾ। ਜੀ ਕੀ ਪੂਰਾ ਮਾਮਲਾ ਹੋਇਆ ਜੀ? ਮਾਮਲਾ ਭਾਅ ਜੀ ਇਹ ਹੈ ਵੀ ਜਦੋਂ ਇਹਨੂੰ ਚੁੱਕਿਆ ਵਾ ਉਹਨਾਂ ਨੇ, ਜਦੋਂ ਉਹਨਾਂ ਕਿਡਨੈਪ ਕੀਤਾ, ਇਹਨੇ ਮੈਨੂੰ ਫੋਨ ਲਾਤਾ। ਮੈਂ ਫੋਨ 'ਤੇ ਸਾਰੀਆਂ ਗੱਲਾਂ ਸੁਣਦਾ ਪਿਆ ਸੀ, ਅਤੇ ਮੈਨੂੰ ਇਹਨੇ ਕਿਹਾ ਵੀ ਮੈਂ ਜਿਹੜੀ ਛਾਉਣੀ ਆ ਬਲ ਸੰਗਤਪੁਰਾ ਵਾਇਆ ਦੇ, ਅਤੇ ਮੈਂ ਛਾਉਣੀ ਵਾਲੀ ਸਾਈਡ 'ਤੇ ਆ ਗਿਆ, ਅਤੇ ਜਦੋਂ ਮੈਨੂੰ ਪਤਾ ਲੱਗਾ ਮੈਂ ਨਾ ਫੋਨ 'ਤੇ ਸਾਰੀ ਗੱਲ ਸਮਝੀ ਗਿਆ। ਉਹਨੇ ਇਹਨੂੰ ਚੁੱਕ ਕੇ ਖੜ ਕੇ ਮਾਰਨਾ ਸੀ। ਮੈਂ ਕੀਤਾ ਵੀ ਮੈਂ ਘਰੋਂ ਤੁਰਿਆ ਵਾਂ, ਅਤੇ ਮੇਰਾ ਕੋਈ ਇੱਕ ਦੋ ਮੇਰੇ ਨਾਲ ਵੀਰ ਭਰਾ ਸੀ, ਮੈਂ ਉਹਨਾਂ ਨੂੰ ਨਾਲ ਲਿਆ, ਜਿੰਨਾ ਕੁ ਮਤਲਬ ਕਾਹਲੀ ਕਾਹਲੀ ਮੇਰੇ ਕੋਲ ਹੋਇਆ। ਮੈਂ ਕਿਤੇ ਬੰਦੇ ਆਪਣੇ ਨੂੰ ਮਾਰ ਨਾ ਦੇਣ, ਮੈਂ ਕੀਤਾ ਮੈਂ ਮਗਰ ਕੀਤਾ, ਮੈਂ ਮਗਰ ਜਾ ਕੇ ਇਹਨਾਂ ਨੇ ਮੋਟਰਸਾਈਕਲ ਲਾਇਆ, ਮੋਟਰਸਾਈਕਲ ਲੈਣ ਦੀ ਗੱਡੀ, ਜਿਨ੍ਹਾਂ ਜਦੋਂ ਇਹਨਾਂ ਮੈਨੂੰ ਵੇਖਿਆ ਵਾ ਇਹਨਾਂ ਨੇ ਗੱਡੀ ਖਿਲਾਰਤੀ ਆ, ਗੱਡੀ ਖਿਲਾਰਤੀ ਆ। ਮੈਂ ਇਹਨਾਂ ਨੂੰ ਆਵਾਜ਼, ਮੈਂ ਇਹਨਾਂ ਸ਼ੀਸ਼ ਨਾਲ ਆਵਾਜ਼ ਮਾਰੀ। ਇਹਨਾਂ ਭਾਅ ਜੀ ਕੀ ਕੀਤਾ ਵੀ ਇਹਨਾਂ ਨੇ ਗੱਡੀ ਨਾ ਗੱਡੀ 'ਚ ਉਤਰੇ ਆ, ਅਤੇ ਇਹਨਾਂ ਨੇ ਗੱਡੀ ਭਜਾਲੀ ਆ, ਮਤਲਬ ਗੱਡੀ ਪਹਿਲੋਂ ਗੱਡੀ ਰੋਕ ਲਈ, ਗੱਡੀ ਰੋਕ ਲਈ। ਇਹਨਾਂ ਮੈਨੂੰ ਵਿਆਪਨ ਵਿਖਾਇਆ, ਇਹਨਾਂ ਵਿਆਪਨ ਵਿਖਾਇਆ, ਅਤੇ ਮੈਂ ਮਗਰ ਕਿਹਾ ਮੈਂ ਮੈਂ ਮੇਰਾ ਆਪਣਾ ਸਾਡੇ ਬੰਦੇ ਨੂੰ ਛੱਡ ਦਿਓ। ਜਦੋਂ ਇਹਨਾਂ ਨੂੰ ਮੈਂ ਇਹ ਗੱਲ ਕਹੀ ਆ, ਇਹਨਾਂ ਨੇ ਕੀ ਕੀਤਾ, ਇਹਨਾਂ ਮੈਨੂੰ ਇਹਨਾਂ ਵਿਆਪਨ ਕੱਢਿਆ ਬਾਹਰ ਬਾਰੀ 'ਚੋਂ। ਫਾਇਰਿੰਗ ਵਗੈਰਾ ਕੀਤੀ ਨਾਲੋਂ? ਨਹੀਂ, ਫਾਇਰਿੰਗ ਨਹੀਂ ਭਾਅ ਜੀ ਨੇ ਕੀਤੀ, ਜਿਹੜੀ ਗੱਲ ਸੱਚੀ ਉਹ ਸੱਚੀ ਆ। ਇਹਨਾਂ ਫਾਇਰਿੰਗ ਨਹੀਂ ਕੀਤੀ, ਪਰ ਇਹਨਾਂ ਮੈਨੂੰ ਵਿਆਪਨ ਜ਼ਰੂਰ ਵਿਖਾਇਆ। ਮੈਂ ਹਾਂ ਕੋਈ ਗੱਲ ਨਹੀਂ, ਮੈਂ ਜੇ ਮੇਰੇ ਭਰਾ ਨੂੰ ਨਾ ਕਿਤੇ ਮਾਰ ਦੇਣ, ਮੈਂ ਜਦੋਂ ਗੱਡੀ ਲੱਗ ਗਿਆ, ਇਹ ਗੱਡੀ 'ਚੋਂ ਨਿਕਲੇ ਆ, ਜਦੋਂ ਥੋੜ੍ਹੀ ਦੂਰ ਆ ਮੈਂ ਗੱਡੀ ਤੋਂ, ਇਹ ਗੱਡੀ 'ਚੋਂ ਨਿਕਲੇ ਭਾਅ ਜੀ ਗਲੀ 'ਚ ਵੜ ਗਏ। ਆਪਾਂ ਇਹਨਾਂ ਦੇ ਬਾਅਦ 'ਚ ਮਗਰ ਭੱਜਿਆ ਮੈਂ ਇਹਨਾਂ ਦੇ ਮਗਰ ਭੱਜੀਆਂ, ਆਪਾਂ ਜਿੰਨੇ ਕੁ ਜਿਹੜੇ ਦੋ ਤਿੰਨ ਵੀਰ ਮੇਰੇ ਨਾਲ ਸੀ, ਇਹਨਾਂ ਗੱਡੀ ਭਜਾ, ਇਹਨਾਂ ਗੱਡੀ ਮਤਲਬ ਰੋਕੀ ਉੱਥੇ, ਅਤੇ ਆਪ ਭੱਜ ਗਏ ਗਲੀ 'ਚ ਵੜ ਗਏ ਆ, ਗਲੀ ਵੜ ਗਏ। ਮੁੜ ਕੇ ਸਾਨੂੰ ਗੁੱਸਾ ਸੀ, ਮੈਂ ਇਹਨਾਂ ਦੀ ਗੱਡੀ ਭਾਤੀ, ਆਪਣੇ ਬੰਦੇ ਨੂੰ ਗੱਡੀ 'ਚੋਂ ਕੱਢਿਆ ਵਾ। ਲੱਗਦਾ ਕਿ ਆਪਣੇ ਬਚਾਅ ਵਾਸਤੇ ਤੁਸੀਂ ਤਲਵਾਰ? ਹਾਂਜੀ, ਆਪਣੇ ਬਚਾਅ ਵਾਸਤੇ, ਜਾਂ ਜਿਹੜਾ ਮੇਰਾ ਭਰਾ ਹੈ ਮੁੰਡਾ ਲਾਲਾ, ਲਾਲੇ ਨੂੰ ਬਚਾਇਆ, ਲਾਲੇ ਦੇ ਬਚਾਅ ਕਰਕੇ ਮੈਂ ਇਹਨਾਂ ਦੀ ਗੱਡੀ ਭੰਨੀ ਹੈ। ਮੰਗ ਕਰਦੇ ਭਾਅ ਜੀ? ਆਪਾਂ ਘਰੇ ਬੈਠੇ ਹਾਂ, ਜਮਾਨਤ 'ਤੇ ਆਏ ਹਾਂ, ਅਤੇ ਸਾਨੂੰ ਮਤਲਬ ਨਜਾਇਆ ਜੀ, ਇਹ ਲੋਕ ਘਰ ਨਹੀਂ ਬਹਿਣ ਦਿੰਦੇ। ਤੰਗ ਪਰੇਸ਼ਾਨ ਕੀਤਾ ਜਾ? ਹਾਂਜੀ, ਤੰਗ ਪਰੇਸ਼ਾਨ ਕਰਦੇ, ਧਮਕੀਆਂ, ਕਦੀ ਕਿਸੇ ਫੋਨ ਤੋਂ ਕਿਤੇ ਨੂੰ ਮਾਰ ਦੇਣਾ, ਤੈਨੂੰ ਉਹ ਕਰ ਦੇਣਾ, ਤੈਨੂੰ ਜੇ ਕਰ ਦੇਣਾ। ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ? ਆਪਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਮਤਲਬ ਜਿੱਥੇ ਵੀ ਸਾਡਾ ਘਾਟਾ ਹੁੰਦਾ ਵਾ ਜਾਂ ਕੁਝ ਵੀ ਆ, ਸਾਡੀ ਸੇਫਟੀ ਕੀਤੀ ਜਾਵੇ। ਅਤੇ ਇਸ ਤੋਂ ਬਾਅਦ ਭਾਅ ਜੀ ਬਸ, ਬਾਕੀ ਤੁਹਾਨੂੰ ਪਤਾ ਹੀ ਵੀ ਇਹਨਾਂ ਜਿਹੜਾ ਬੰਦਾ ਘਰ ਬੈਠਾ ਉਹਨੂੰ ਘਰ ਬਹਿਣ ਨਹੀਂ ਦਿੰਦੇ।